ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦੇ? ਅੱਜ ਵੀ ਓਨਲੀ ਰੈਸਪੀ ਲੈ ਕੇ ਆਈ ਆ ਜਿਹੜੀ ਬਹੁਤ ਟਾਈਮ ਲੱਗਦਾ ਉਹਨੂੰ ਬਣਾਉਣ ਲੱਗਿਆ, ਪਰ ਇਹ ਹੈ ਕਿ ਮੈਂ ਤੇ ਝਟਪਟ ਇੱਕ ਦਿਨ ਬਣਾ ਲਈ ਸੀ ਤੇ ਮੇਰੇ ਅੱਗੇ ਫੇਰ ਆ ਗਿਆ ਵਾ, ਪਰ ਮੈਨੂੰ ਹੁਣ ਕੋਈ ਟੈਨਸ਼ਨ ਨਹੀਂ ਹੈ ਕਿ ਇਹ ਫੇਰ ਬਣਾਉਣੀ ਪੈਣੀ ਹੈ, ਕਿਉਂਕਿ ਅੱਗੇ ਵੀ ਝਟਪਟ ਬਣੇਗੀ ਹੁਣ ਵੀ ਝਟਪਟ ਬਣੇਗੀ। ਇਹ 1.5-2 ਕਿਲੋ ਮਤਲਬ ਗਾਜਰਾਂ ਹੈਗੀਆਂ, 2 ਕਿਲੋ ਦੇ ਘੱਟ ਗਿਆ ਤੇ ਇਹ ਕੱਲ ਦੇ ਲੈ ਗਏ ਆ। ਤੇ ਹੁਣ ਨਾਲ ਮੈਂ ਦੁੱਧ ਧਰ ਦਿੱਤਾ ਹੈਗਾ 3 ਕਿਲੋ ਦੁੱਧ ਵਾ, ਤੇ ਤੁਹਾਨੂੰ ਗਜਰੇਲਾ ਬਣਾਉਣ ਦੱਸਦੀ ਆ ਨਵੇਂ ਤਰੀਕੇ ਨਾਲ, ਜਿਸ 'ਚ ਕੋਈ ਮਿਹਨਤ ਨਹੀਂ ਕਰਨ ਦੀ ਲੋੜ ਹੈਗੀ, ਬਸ ਤੁਸੀਂ ਝਟਪਟ ਇਹਨਾਂ ਦੇ ਅੱਗੇ ਪਰੋਸੋ ਗਜਰੇਲਾ। ਅੱਛਾ ਬਈ, ਸਭ ਤੋਂ ਪਹਿਲਾਂ ਤੇ ਗਾਜਰਾਂ ਛਿੱਲ ਲੈਣੇ ਆ, ਤੇ ਇਹ ਵੀ ਧਿਆਨ ਰੱਖਣਾ ਹੈ ਕਿ ਗਾਜਰਾਂ ਬਹੁਤੀਆਂ ਮੋਟੀਆਂ ਨਾ ਹੋਣ, ਇੱਦਾਂ ਦੀਆਂ ਹੋਣ ਬਰੀਕ ਗਾਜਰਾਂ, ਤੇ ਜੇ ਥੋੜੀ ਥੋੜੀ ਮੋਟੀ ਹੋਏਗੀ ਵੀ ਤਾਂ ਉਹਦਾ ਵੀ ਤੁਹਾਨੂੰ ਹੱਲ ਦੱਸਦੀ ਆ ਕੀ ਆ। ਤੇ ਇਹਨਾਂ ਸਾਰੀਆਂ ਨੂੰ ਪਹਿਲਾਂ ਤੇ ਕੱਦੂਕਸ਼ ਇਹਨੂੰ ਪਹਿਲਾਂ ਛਿੱਲ ਲੈਣਾ, ਸਾਰਿਆਂ ਨੂੰ ਇਹਨਾਂ ਨੇ ਛਿੱਲਣਾ ਤੇ ਅੱਗੋਂ ਪਿੱਛੋਂ ਇਹਨਾਂ ਨੂੰ ਕੱਟ ਲੈਣਾ ਆ, ਤੇ ਇਹ ਜ਼ਰੂਰੀ ਆ। ਆਹ ਸਾਰੀਆਂ ਜਿਹੜੀਆਂ ਗਾਜਰਾਂ ਆ ਇਹ ਮੈਂ ਕਰਨੀਆਂ ਆ ਸਾਰੀਆਂ ਛਿੱਲ ਕੇ ਤੇ ਇਹਨਾਂ ਨੂੰ ਵਾਸ਼ ਕਰ ਲਿਆ, ਤੇ ਜਿਹੜੀਆਂ ਇਹਨਾਂ ਦੇ ਛਿਲਕੇ ਸਾਡੇ ਹੁਣ ਗਾਰਡਨ ਦੇ ਵਿੱਚ ਚੱਲ ਰਹੇ ਆ ਕੰਪੋਸਟ ਬਣਾਉਣ ਵਾਸਤੇ, ਇਸ ਕਰਕੇ ਹੁਣ ਅੱਜ ਕੱਲ੍ਹ ਕਚਰੇ ਦੀ ਵੀ ਬੜੀ ਖੁਸ਼ੀ ਹੁੰਦੀ ਆ ਕਿ ਚੰਗਾ ਕਚਰਾ ਬਹੁਤ ਜ਼ਿਆਦਾ ਨਿਕਲ ਗਿਆ ਵਾ, ਤੇ ਇਸ ਕਰਕੇ ਇਹਨਾਂ ਆਪਾਂ ਇੱਧਰ ਆਉਂਦੇ ਹਾਂ। ਇਹ ਆਪਾਂ ਜਿਹੜੀ ਕੜਾਹੀ ਰੱਖੀ ਹੈ ਨਾ, ਤੇ ਇਹਦੇ ਵਿੱਚ ਪਾ ਲੈਣਾ ਆ ਆਪਾਂ ਘਿਓ, ਇਹਨਾਂ ਨੂੰ ਪਾ ਲੈਣਾ ਹੈ ਕਿ ਜਿਹਦੇ ਨਾਲ ਇਹ ਥੋੜੀਆਂ ਜਿਹੀਆਂ ਫਰਾਈ ਕਰ ਲੈਣਾ। ਬਾਕੀ ਜਿੱਦਾਂ ਜ਼ਿਆਦਾ ਸਬਜ਼ੀਆਂ ਆ ਤੇ ਇਹਨਾਂ ਨੂੰ 2 ਪੀਸ ਕਰ ਲਓ ਇਹਨਾਂ ਦੇ, ਇਹ ਇੰਨੀ ਜਲਦੀ ਬਣਦਾ ਨੇ ਤੁਸੀਂ ਬਹੁਤ ਹੀ ਹੈਰਾਨ ਹੋਵੋਗੇ ਜਦੋਂ ਬਣਾਓਗੇ, ਤੇ ਘਰ ਦੇ ਵੀ ਖੁਸ਼ ਤੇ ਇੰਨੀ ਖੁਸ਼ ਤੇ ਜਿਹੜਾ ਜ਼ਿਆਦਾ ਘਾਟਾ ਹੋਵੇ ਤੁਸੀਂ ਗੀਤਾ ਕੱਢ ਲਓ, ਜੇ ਬਹੁਤਾ ਹੀ ਜ਼ਿਆਦਾ ਕੋਈ ਹੈਗਾ ਰਿਹਾ ਵੈਸੇ ਤਾਂ ਸਾਰੀਆਂ ਪੱਕੀਆਂ ਹੀ ਗਾਜਰਾਂ ਲੈਣੀਆਂ ਲੈ ਗਏ, ਕਿਉਂਕਿ ਇਹਨਾਂ ਨੂੰ ਕੱਦੂਕਸ਼ ਕਰਨਾ ਵੀ ਬਹੁਤ ਔਖਾ ਹੁੰਦਾ ਹੈ ਜਿਹੜੀਆਂ ਪੱਕੀਆਂ ਹੁੰਦੀਆਂ, ਤੇ ਇਸ ਕਰਕੇ ਮੋਟੀਆਂ ਗਾਜਰਾਂ ਦੇ ਵਿੱਚ ਗਜਰੇਲਾ ਬਣਦਾ, ਪਰ ਪੱਕੀਆਂ ਦੇ ਘਰ ਦੇਖੋ ਕਿੱਦਾਂ ਤੇਜ਼ ਹੀ ਬਣਦਾ। ਹੁਣ ਵੀ ਇਹ ਸਾਰੀਆਂ ਇੱਦਾਂ ਦੇ ਪੀਸ ਕਰਕੇ ਇਹਨਾਂ ਨੂੰ ਕੜਾਹੀ ਦੇ ਵਿੱਚ ਪਾ ਦੇਣਾ ਹੈ ਘਿਓ ਦੇ ਨਾਲ ਹੀ। ਜੇ ਤੁਹਾਨੂੰ ਮੇਰੀ ਰੈਸਪੀ ਚੰਗੀ ਲੱਗੇਗੀ ਤਾਂ ਲਾਈਕ ਜ਼ਰੂਰ ਦਬਾ ਕੇ ਜਾਇਓ, ਬਾਕੀ ਇਹ ਵਾਲੀ ਵੀਡੀਓ ਤਾਂ ਸ਼ੇਅਰ ਵੀ ਜ਼ਰੂਰ ਕਰਿਓ, ਕਿਉਂਕਿ ਇਹ ਵਾਲਾ ਹੈਗਾ ਵਾ ਟ੍ਰਿਕ ਹੈਗੀ ਹੈ, ਇਹ ਤਾਂ ਸਾਰਿਆਂ ਕੋਲ ਜਾਣੀ ਚਾਹੀਦੀ ਹੈ, ਮਤਲਬ ਤਰੀਕਾ ਹੈਗਾ ਆ ਕਿ ਸਾਰੀਆਂ ਲੇਡੀਜ਼ ਕੋਲ ਜਾਣੀ ਚਾਹੀਦੀ ਹੈ ਕਿ ਉਹ ਸੌਖੇ ਤਰੀਕੇ ਨਾਲ ਆਪਣਾ ਇਹ ਕੰਮ ਨਿਬੇੜ ਸਕਣ ਗਜਰੇਲੇ ਵਾਲਾ, ਅਤੇ ਇਸ ਕਰਕੇ ਵੀ ਇਹਨੂੰ ਸ਼ੇਅਰ ਵੀ ਵੱਧ ਤੋਂ ਵੱਧ ਕਰਿਓ। ਅੱਛਾ ਬਈ, ਇਹਨੂੰ ਇੱਥੋਂ ਤੱਕ ਫਰਾਈ ਕਰਿਓ ਕਿ ਜਦੋਂ ਤੱਕ ਇਹਦਾ ਉੱਥੋਂ ਸ਼ਾਈਨ ਹੋ ਜੇ ਵਧੀਆ ਤਰੀਕੇ ਨਾਲ, ਅਤੇ ਜਲੇ ਨਾ ਕੋਈ ਵੀ ਗਾਜਰ ਹੈ, ਅਤੇ ਇਸ ਕਰਕੇ ਇਹਨੂੰ ਹਲਾਉਂਦੇ ਰਿਹੋ, ਅਤੇ ਦੇਖੋ ਸਮੈਲ ਤੋਂ ਹੀ ਪਤਾ ਲੱਗ ਜਾਂਦਾ ਕਿ ਗਾਜਰਾਂ ਦੀ ਸਮੈਲ ਘਿਓ ਦੇ ਨਾਲ ਜਦੋਂ ਮਿਕਸ ਹੋ ਗਏ ਆਉਂਦੀ ਹੈ ਨਾ, ਅਤੇ ਬਹੁਤ ਵਧੀਆ ਲੱਗਣ ਡਈ ਆ, ਅਤੇ ਇਦੋਂ ਤੱਕ ਇਹਨੂੰ ਕਰ ਲੈਣਾ ਆ। ਹੁਣ ਇਹਦੇ 'ਚ ਆਪਾਂ ਪਾ ਦੇਣਗੇ ਹਾਂ ਦੁੱਧ, ਪਹਿਲਾਂ ਮੈਂ ਗੈਸ ਨੂੰ ਥੋੜ੍ਹਾ ਜਿਹਾ ਘੱਟ ਕਰਨਾ, ਇਹ 'ਚ ਆਪਾਂ ਬਈ ਪਾ ਲਿਆ ਹੈਗਾ ਦੁੱਧ, ਅਤੇ ਇਹਨੂੰ ਦੁੱਧ ਮੈਂ 2.5 ਕਿਲੋ ਹੋਣ ਲੱਗੀ ਹੈ, 1/2 ਕਿਲੋ ਰੱਖਿਆ ਆ ਕਿ ਜੇ ਲੋੜ ਪਏਗੀ ਤਾਂ ਫੇਰ ਪਹਿਲਾਂ ਇੰਨੇ ਨੂੰ ਉਬਾਲਾ ਆ ਜਾਵੇ ਚੰਗੀ ਤਰ੍ਹਾਂ, ਅਤੇ ਬਸ ਜਿਹੜਾ ਕਲਰ ਹੈ ਗਾਈਂ ਦਾ ਦੁੱਧ ਘਿਓ ਹੈ, ਇਸ ਕਰਕੇ ਫਿਰ ਉਹਦਾ ਕਲਰ ਉੱਤੇ ਯੈਲੋ ਯੈਲੋ ਆ ਗਿਆ ਵਾ, ਅਤੇ ਬਾਕੀ ਇਹ ਕਿ
ਹੁਣ ਇਹਨਾਂ ਨੂੰ ਇੱਦਾਂ ਹੀ ਕੱਢਣ ਦੇਣਾ। ਅੱਛਾ ਵੀ ਜੇ ਇਹਨੂੰ ਢੱਕ ਕੇ ਪਕਾਉਣਾ ਤੁਸੀਂ ਤੇ ਇਹਨੂੰ ਢੱਕ ਕੇ ਵੀ ਇੱਦਾਂ ਅੜਾ ਕੇ ਤੇ ਢੱਕਣੇ ਦਾ ਟੇਢਾ ਰੱਖ ਕੇ ਫਿਰ ਇਹਨੂੰ ਪਕਾ ਲਓ, ਕਿਉਂਕਿ ਇੱਕ ਤਾਂ ਜਲਦੀ ਹੀ ਹੋ ਜਾਏਗਾ ਤੇ ਓਪਨ 'ਚ ਤੁਸੀਂ ਲਾਗੇ ਕੋਈ ਕੰਮ ਕਰਨ ਡੇ ਆ ਤਾਂ ਭਾਵੇਂ ਓਪਨ 'ਚ ਇਹਨੂੰ ਹਿਲਾ ਲਾ ਕੇ ਕਰ ਲਓ, ਤੇ ਮੇਰੇ ਖਿਆਲ ਨਾਲ ਇੰਨੀ ਮਿਹਨਤ ਕਰਨ ਦੀ ਲੋੜ ਨਹੀਂ ਹੈਗੀ ਇਹਦੇ 'ਤੇ, ਅਤੇ ਇਸ ਕਰਕੇ ਇਹਨੂੰ ਇੱਦਾਂ ਹੀ ਰੱਖ ਕੇ ਕਿ ਦੁੱਧ ਬਾਹਰ ਨਾ ਆਵੇ ਅਤੇ ਇਹਨੂੰ ਕੱਢਦਾ ਰੱਖ ਦਿਓ ਬਸ ਪਲਟਾ ਰੱਖ ਕੇ ਵਿੱਚ। ਅੱਛਾ ਬਈ ਤੁਹਾਨੂੰ ਆਹ ਦਿਖਾਉਣ ਦਾ ਮਕਸਦ ਮੇਰਾ ਇਸ ਕਰਕੇ ਆ ਕਿ ਦੇਖੋ ਉਬਾਲ ਆਉਣ ਡਿਆ ਦੁੱਧ ਨੂੰ ਕਿੰਨਾ ਕੱਢਣ ਦਿਆ ਵਾ, ਅਤੇ ਢੱਕਣ ਵੀ ਸਾਈਡ 'ਤੇ ਆ, ਅਤੇ ਹਮੇਸ਼ਾ ਦੁੱਧ ਵਾਲੀ ਕੋਈ ਵੀ ਚੀਜ਼ ਬਣਾਉਣੀ ਹੋਵੇ ਨਾ ਤਾਂ ਭਾਂਡੇ ਦਾ ਮੂੰਹ ਜਿਹੜਾ ਉਹ ਖੁੱਲ੍ਹੇ ਮੂੰਹ ਵਾਲਾ ਭਾਂਡਾ ਲਿਓ ਕਿ ਜਿਹਦੇ ਨਾਲ ਇਹ ਆਪਣੇ ਮਜ਼ੇ ਨਾਲ ਕਰਦਾ ਰਹੇ ਅਤੇ ਤੁਸੀਂ ਆਪਣਾ ਰੋਟੀ ਪਾਣੀ ਹੋਰ ਵੀ ਕੰਮ ਕਰਦੇ ਰਹੋ ਲਾਗੇ, ਅਤੇ ਦੇਖੋ ਇਹਨੇ ਕੜੀ ਵੀ ਜਾਣਾ ਆ ਅਤੇ ਇਹਨੇ ਉਬਲਣਾ ਆਉਣੀ ਆ, ਆ ਵੇਖੋ ਇੱਧਰ ਫੁੱਲ ਸੇਕ ਦੇ ਉੱਤੇ ਹੈਗਾ ਅਤੇ ਇਸ ਕਰਕੇ ਕੋਈ ਟੈਨਸ਼ਨ ਨਹੀਂ, ਬਾਕੀ ਲਾਗੇ ਕੰਮ ਉੱਤੇ ਧੰਦਾ ਆਪਣੇ ਬਾਕੀ ਕਰਦੇ ਰਹੋ। ਅੱਛਾ ਬਈ ਜਦੋਂ ਦਾ ਮੈਂ ਧਰਿਆ ਹੈ ਨਾ ਇਹ ਉਦੋਂ ਦੀ ਮੈਂ ਕੜਛੀ ਨਹੀਂ ਮਾਰੀ, ਦੇਖੋ ਸਾਰਾ ਅੰਦਰੋਂ ਅੰਦਰ ਹੋ ਗਿਆ ਆ, ਸਾਰਾ ਸਾਈਡਾਂ 'ਚ ਚੱਲ ਗਿਆ ਜਿਹੜਾ ਖੋਆ ਵਾ, ਇਹਨੂੰ ਹੁਣ ਉਤਾਰ ਲੈਣਾ ਆ, ਮਤਲਬ ਕਿ ਇਹਨੂੰ ਹਿਲਾਉਣ ਦੀ ਵੀ ਲੋੜ ਨਹੀਂ ਪੈਂਦੀ ਅਤੇ ਨਾ ਇਹ ਥੱਲੇ ਲੱਗਣੀ ਆ ਨਾ ਇਹਦਾ ਕੁਛ ਟੈਨਸ਼ਨ ਆ। ਹੁਣ ਬਈ ਇਹਦੇ 'ਚੋਂ ਕੱਢ ਕੇ ਦੇਖ ਲੈਣਾ ਆ ਕਿ ਇਹ ਪੱਕ ਗਈਆਂ, ਜਿੱਦਾਂ ਹੁਣ ਵੇਖੋ ਇੱਧਰ ਕਿੱਡੇ ਮਜ਼ੇ ਨਾਲ ਇਹ ਹੋਣ ਡੀਆਂ ਵਾ, ਇੱਦਾਂ ਜਦੋਂ ਮੈਸ਼ ਹੋਣ ਜੋਗੀਆਂ ਹੋ ਜਾਣ ਨਾ, ਜਿੱਦਾਂ ਇੱਦਾਂ ਹੱਥ ਇਹ ਦਬਾਇਆ ਅਤੇ ਇਹਨੇ ਮੈਸ਼ ਹੋ ਗਈਆਂ। ਅੱਛਾ ਬਈ ਜਦੋਂ ਹੋ ਜਾਂਦਾ ਇੱਦਾਂ ਉਹ ਤੋਂ ਬਾਅਦ 'ਚ ਆਹ ਵਾਲਾ ਮੈਸ਼ਰ ਲੈਣਾ ਆ ਅਤੇ ਇਹ ਜਦੋਂ ਮਤਲਬ ਪਤਾ ਲੱਗ ਗਿਆ ਕਿ ਗਲ ਗਈਆਂ ਗਲਣ ਲੱਗ ਪਈਆਂ ਵਾ ਅਤੇ ਇੱਦਾਂ ਮੈਸ਼ ਕਰਨੀਆਂ ਸ਼ੁਰੂ ਕਰ ਦੇਣੀਆਂ। ਦੇਖੋ ਇੱਦਾਂ ਇਹਨਾਂ ਨੇ ਇੱਕ ਅੱਧੇ ਵਾਰੀ 'ਚ ਹੀ ਜਦੋਂ ਦੁੱਧ ਹੋਵੇ ਨਾ ਉਦੋਂ ਹੀ ਸ਼ੁਰੂ ਕਰ ਦਿਓ, ਥੋੜ੍ਹਾ ਜਿਹਾ ਹੋਵੇ ਵੀ ਜਿਹਦੇ ਨਾਲ ਤੁਸੀਂ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰੋ ਅਤੇ ਦੁੱਧ ਵੀ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਜਾਏ ਗਾਜਰਾਂ 'ਚ। ਅੱਛਾ ਬਈ ਹੁਣ ਇਹਨੂੰ ਮੈਂ ਕੈਮਰੇ ਨੂੰ ਹੱਥ 'ਚ ਫੜ ਲਿਆ ਆ ਕਿ ਤੁਹਾਨੂੰ ਦਿਖਾ ਸਕਾਂ ਕਿ ਦੇਖੋ ਕੋਈ ਕਹਿ ਸਕਦਾ ਹੈ ਕਿ ਇਹ ਗਾਜਰਾਂ ਰੇੜੀਆਂ ਵਾ ਅਤੇ ਇਹ ਕਦੇ ਕੁਛ ਨਹੀਂ ਹੈਗੀਆਂ, ਅਤੇ ਇਹ ਕਦੇ ਬਣਦਾ ਵੀ ਆਪਣੇ ਆਪ ਹੀ ਬਣ ਜਾਂਦਾ, ਕੋਈ ਇਹਦੇ 'ਤੇ ਮਿਹਨਤ ਨਹੀਂ ਲੋੜ ਨਹੀਂ ਹੈ। ਆ ਸਾਈਡਾਂ 'ਤੇ ਜਿਹੜਾ ਖੋਆ ਜਿਹਾ ਬਣਿਆ ਇਹਨੂੰ ਅੰਦਰ ਕਰ ਲਓ ਪ੍ਰੈਸ ਵਿੱਚ ਮਿਕਸ, ਅਤੇ ਇੱਥੇ ਹੁਣ ਪਾ ਲੈਣੀ ਹੈ ਚੀਨੀ। ਹੁਣ ਚੀਨੀ ਪਾ ਕੇ ਅਤੇ ਫਿਰ ਇਹਨੂੰ ਚੰਗੀ ਤਰ੍ਹਾਂ ਕੱਢ ਲੈਣਾ, ਦੇਖੋ ਕੋਈ ਨਹੀਂ ਵਿੱਚ ਹੈਗਾ, ਕੋਈ ਗਾਜਰ ਨਹੀਂ ਵਿੱਚ ਸਾਬਤ। ਅੱਛਾ ਬਈ ਬਾਕੀ ਚੀਨੀ ਜਿਹੜੀ ਹੈ ਨਾ ਚੀਨੀ ਤਾਂ ਆਪਣੇ ਟੇਸਟ ਦੇ ਹਿਸਾਬ ਨਾਲ ਪਾਓ, ਕਿ ਕੋਈ ਘੱਟ ਖਾਣਾ ਚਾਹੁੰਦਾ ਕੋਈ ਵੱਧ, ਅਤੇ ਇਸ ਕਰਕੇ ਉਹ ਟੇਸਟ ਕਰ ਲਓ ਵਿੱਚ। ਅੱਛਾ ਬਈ ਇਹ ਹੁਣ ਹੋ ਗਿਆ ਜੇ ਦੁੱਧ ਸੁੱਕ ਗਿਆ ਵਾ, ਅਤੇ ਇੱਦਾਂ ਹੀ ਬਈ ਸਾਰੇ ਜਣੇ ਬਣਾਇਓ ਜਲਦੀ ਝਟਪਟ ਬਣ ਜਾਂਦਾ। ਜੇ ਦੂਜੀ ਗੱਲ ਹੈ ਕਿ ਇਹਦੇ 'ਚ ਭਾਵੇਂ ਹੋਰ ਖੋਆ ਐਡ ਕਰ ਲਓ ਦੁੱਧ ਹੋਰ ਪਾ ਲਓ ਉਹ ਤੁਹਾਡੀ ਖੁਸ਼ੀ, ਡਰਾਈ ਫਰੂਟ ਜਿੰਨਾ ਮਰਜ਼ੀ ਅੰਦਰ ਸੁੱਟ ਲਓ ਉਹ ਵੀ ਤੁਹਾਡੀ ਖੁਸ਼ੀ, ਅਤੇ ਬਾਕੀ ਇਹ ਕਿ ਮੈਂ ਤਾਂ ਸਿਰਫ ਟ੍ਰਿਕ ਰਿਕਸ ਨਹੀਂ ਕਿ ਇਸ ਤਰੀਕੇ ਨਾਲ ਪਾਉਂਦਾ ਆ ਕਿ ਇਹਨੂੰ ਤੁਹਾਨੂੰ ਕੱਦੂਕਸ਼ ਕਰਨ ਦੀ ਲੋੜ ਨਹੀਂ, ਤਾਂ ਦੇਖੋ ਲੱਗਦਾ ਵੀ ਹੈ ਕਿ ਜਿੱਦਾਂ ਕੱਦੂਕਸ਼ ਹੀ ਹੋਇਆ ਹੁੰਦਾ ਹੈ। ਅਤੇ ਚਲੋ ਵੀ ਵੀਡੀਓ ਚੰਗੀ ਲੱਗੀ ਹੋਏਗੀ ਤਾਂ ਲਾਈਕ ਜ਼ਰੂਰ ਕਰ ਦਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿੱਦਾਂ ਦਾ ਲੱਗਿਆ ਤੁਹਾਨੂੰ ਇਹ ਵਾਲਾ ਤਰੀਕਾ। ਅਤੇ ਚਲੋ ਜੀ ਓਕੇ ਜੀ ਬਾਏ।